ਹਾਂਜੀ ਅੱਜ ਮੇਰੇ ਕੋਲ ਮੇਰੇ ਦੋ ਪੇਸ਼ੈਂਟ ਬੈਠੇ ਆ ਤੇ ਦੋਨਾਂ ਦਾ ਨਾਂ ਹੀ ਕਸ਼ਮੀਰ ਕੌਰ ਹੈ। ਇੱਕ ਦੀ ਆਪਰੇਸ਼ਨ ਅਸੀਂ 10 ਦਿਨ ਪਹਿਲਾਂ ਕੀਤਾ ਤੇ ਦੂਜੇ ਕਸ਼ਮੀਰ ਕੌਰ ਦਾ 3 ਸਾਲ ਹੋ ਗਏ ਜੀ, 10 ਸਾਲ ਹੋ ਗਏ, ਸੋਰੀ 10 ਸਾਲ ਪਹਿਲਾਂ ਆਪਰੇਸ਼ਨ ਕੀਤਾ। ਸੋ 10 ਸਾਲ ਵਾਲੇ ਨਾਲ ਅਸੀਂ ਪਹਿਲਾਂ ਗੱਲਬਾਤ ਕਰਦੇ ਹਾਂ, ਤੁਸੀਂ ਆਪਣੇ ਜਿਹੜਾ ਇੰਟਰੋਡਕਸ਼ਨ ਦਿਓ। ਮੈਨੂੰ ਤਾਂ ਬਹੁਤ ਵਧੀਆ ਲੱਗਾ ਕਿਉਂ ਮੈਂ ਸਰਜਰੀ ਕਰਵਾਈ ਹੈ। ਪਹਿਲਾਂ ਮੇਰਾ ਬਹੁਤ ਜ਼ਿਆਦਾ ਵੇਟ ਸੀ, ਮਤਲਬ 125 ਕਿਲੋ ਸੀ, ਇਸ ਟਾਈਮ 'ਤੇ ਮੇਰਾ 75-72 ਦੇ ਸਮਥਿੰਗ ਆ। ਮੈਨੂੰ ਤਾਂ ਬਹੁਤ ਵਧੀਆ ਲੱਗੀ। ਮੈਂ ਤਾਂ ਹਰ ਇੱਕ ਨੂੰ ਇਸ ਗੱਲ ਦੇ ਵਿੱਚ ਐਗਰੀ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਇਹ ਸਰਜਰੀ ਜਿਹੜੀ ਆ ਸਾਰੇ ਕਰਵਾਓ। 10 ਸਾਲ ਤੁਸੀਂ ਭਾਰ ਆਪਣਾ ਜਿਹੜਾ ਘਟਿਆ ਪੂਰਾ ਮੇਨਟੇਨ ਕਰਕੇ ਰੱਖਿਆ। ਹਾਂ, ਮੇਰਾ ਮੇਨਟੇਨ। ਤੇ ਤੁਸੀਂ ਸਾਨੂੰ ਪੇਸ਼ੈਂਟ ਵੀ ਬਹੁਤ ਭੇਜਦੇ ਆ, ਹੁਣ ਵੀ ਤੁਸੀਂ ਆਪਣੇ ਰਿਸ਼ਤੇਦਾਰ ਲੈ ਕੇ ਆਏ ਆ। ਥੈਂਕ ਯੂ ਸੋ ਮਚ, ਤੁਸੀਂ ਖੁਸ਼ ਹੋ ਬਾਈ ਲੈ ਕੇ ਆਉਂਦੇ ਹੋ। ਤੁਸੀਂ ਰਹਿੰਦੇ ਕਿੱਥੇ ਆ ਜੀ? ਅਸੀਂ ਰਹਿੰਦੇ ਹਾਂ ਅਮਰੀਕਾ ਵਿੱਚ, ਪੈਨਸਿਲਵੇਨੀਆ। ਪੈਨਸਿਲਵੇਨੀਆ ਜੇ ਤੱਕ ਤੁਸੀਂ ਕਾਲ ਕਰਕੇ ਸਲਾਹ ਲੈਣਾ ਤੇ ਤੁਸੀਂ ਆਪਣਾ ਨੰਬਰ ਦੱਸ ਸਕਦੇ ਹੋ ਸਾਨੂੰ? ਹਾਂ, ਨੰਬਰ ਯਾਦ ਆ ਤਾਂ ਬੋਲ ਦਿਓ। 6109239435 ਇਹ ਫੋਨ ਮੇਰੇ ਘਰ ਦਾ ਹੈ, ਜਿਸ ਟਾਈਮ ਮਰਜ਼ੀ ਕੋਈ ਜਾਵੇ ਮੈਨੂੰ ਕਾਲ ਕਰ ਸਕਦੇ ਆ। ਮੇਰਾ ਨਾਮ ਕਸ਼ਮੀਰ ਕੌਰ, ਮੈਂ ਅਗਲੀ ਪੂਰੀ ਸਲਾਹ ਦਿੰਦੀ। ਥੈਂਕ ਯੂ ਜੀ। ਤੇ ਤੁਸੀਂ ਨਵੇਂ ਕਸ਼ਮੀਰ ਕੌਰ ਜੀ, ਤੁਸੀਂ ਦੱਸੋ ਤੁਹਾਡਾ 10 ਦਿਨ ਦਾ ਸਫ਼ਰ ਕਿਵੇਂ ਜਾ ਰਿਹਾ? ਸਭ ਤੋਂ ਪਹਿਲਾਂ ਤਾਂ ਸਾਰੇ ਦੇਖਣ ਵਾਲਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਇਹ ਭੈਣ ਜੀ ਕਸ਼ਮੀਰ ਕੌਰ ਜਿਹੜੇ ਆ, ਇਹਨਾਂ ਨੂੰ ਦੇਖ ਕੇ ਮੈਂ ਬਹੁਤ ਜ਼ਿਆਦਾ ਮੋਟੀਵੇਟ ਹੋਈ, ਕਿਉਂਕਿ ਇਹਨਾਂ ਦਾ ਵੇਟ ਬਹੁਤ ਜ਼ਿਆਦਾ ਸੀਗਾ ਅਤੇ ਇੱਕਦਮ ਜਦੋਂ ਇਹਨਾਂ ਨੇ ਜਦੋਂ ਕਰਵਾਇਆ ਉਹ ਤੋਂ ਬਾਅਦ ਵੀ ਹੁਣ ਇਹਨਾਂ ਨੂੰ 10 ਸਾਲ ਹੋ ਗਏ ਆ ਅਤੇ ਬਹੁਤ ਵਧੀਆ ਰਹੇ ਇਹ। ਅਤੇ ਮੇਰਾ ਵੇਟ ਵੀ, ਮੈਨੂੰ ਇੰਡੀਆ 'ਚ ਰਹਿ ਕੇ ਤਾਂ ਕੁਛ ਨਹੀਂ ਹੁੰਦਾ, ਜਦੋਂ ਮੈਂ ਬਾਹਰ ਜਾਂਦੀ ਹਾਂ ਉਦੋਂ ਮੇਰਾ ਵੇਟ ਵਧਣਾ ਸ਼ੁਰੂ ਹੋ ਜਾਂਦਾ ਹੈ। ਅਤੇ ਪਰ ਇਹਨਾਂ ਨੇ ਮੈਨੂੰ ਸਲਾਹ ਦਿੱਤੀ ਕਿ ਤੁਸੀਂ ਵੀ ਜ਼ਰੂਰ ਕਰਵਾਓ। ਮੈਨੂੰ ਅੱਜ ਮੇਰਾ ਖਿਆਲ 10-12 ਦਿਨ ਹੋ ਗਏ ਮੈਂ ਸਰਜਰੀ ਕਰਾਈ ਨੂੰ, ਕਾਫੀ ਗੁੱਡ ਫੀਲ ਕਰ ਰਹੀ ਹਾਂ ਮੈਂ। ਕਿੰਨਾ ਭੱਜਦਾ ਹੈ? ਅਤੇ ਮੈਨੂੰ ਲੱਗਦਾ 24 ਅਪ੍ਰੈਲ ਨੂੰ ਮੇਰਾ ਹੋਇਆ ਸੀ ਅਤੇ 3 ਕਿਲੋ ਵੇਟ ਮੇਰਾ ਅੱਜ 10 ਦਿਨ ਬਹੁਤ ਵਧੀਆ ਆ। ਤੇ ਜੇ ਤੁਸੀਂ ਆਪਣੇ ਆਪ ਨੂੰ ਵਧੀਆ ਰੱਖਣਾ ਚਾਹੁੰਦੇ ਆ ਤੇ ਸਰਜਰੀ ਮਾਸਟਰ ਸਾਰਿਆਂ ਨੂੰ। ਥੈਂਕ ਯੂ। ਤੇ ਤੁਸੀਂ ਕਿੱਥੇ ਰਹਿੰਦੇ ਹੋ? ਅਸੀਂ ਜਿਦਾਂ ਤੁਸੀਂ ਜਿਹੜੇ ਇੰਡੀਆ ਆਉਂਦੇ ਸਾਨੂੰ ਜ਼ਰੂਰ ਤੁਸੀਂ ਮਿਲ ਕੇ ਜਾਇਆ ਕਰਨਾ। ਥੈਂਕ ਯੂ ਜੀ।